आगे जाली पी बाबा जी हैं। अच्छा हुक्का कितने टाइम धर दे? अच्छा एक टाइम धरना है। ये नाजरीन मकान है, इस मकान में बाबा जी रहते हैं। इस वक्त हम जिला लहिया के गांव में मौजूद हैं। यहाँ पे आप मेरे पीछे देख रहे हैं 104 साल बुजुर्ग हैं जो इस मकान में अकेले ही रहते हैं, और इनकी 104 साल उम्र है और माशाल्लाह सेहत इनकी अच्छी है और अकेले ही यहाँ रहते हैं। अकेले रहने का इनका मकसद ये है कि यहाँ साथ कब्रिस्तान है और ये कब्रिस्तान की देखभाल करते हैं, और 104 साल की उम्र में ये अकेले ही रहते हैं। खाना वगैरह इधर ही मतलब है, इनको एक टाइम खुद पकाते हैं, एक टाइम इनको आ जाता है खाना, और बाकी इनकी हालात ज़िंदगी जो है वो इन्हीं की ज़बानी सुनते हैं जनाब। अच्छा बाबा जी दसो कि उम्र कितनी है अपनी? 104। अच्छा 104 साल माशाल्लाह। हाँ ते सेहत ठीक रहती है? सेहत ठीक है, अल्लाह की तरफ गोड्यां दा ही रौला, हुण गोडे नहीं कम करन वाले, पुराने हड होए आ। अच्छा ओ पहलियां खुराकां लभदियां नहीं हुण। अच्छा हाँ ते बाकी गोडे नहीं यानी के काम करदे, बाकी ठीक है? बाकी ठीक है। आप ही तुरे फिरदे हैं यानी के इन्ना तक काम करदे हैं? नहीं ते मजार दे आसरे ना फिर रही दा, मतयार दे आसरे। हाँ अच्छा ठीक है। ते जो पाकिस्तान बनया उदों कि मतलब किन्नी उम्र सी? ਉਦੋਂ ਜਦ ਤੈਨੂੰ ਦੱਸਿਆ ਵੀ ਹਿੰਦੁਸਤਾਨ ਪਾਕਿਸਤਾਨ ਬਣਿਆ ਉਦੋਂ ਮੇਰਾ ਬੱਚਾ 10 ਸਾਲ ਦਾ ਸੀ। ਅੱਛਾ ਸਹੀ ਹੋ ਸੀ ਤੁਹਾਨੂੰ? ਹਾਂ ਮੈਂ ਫੁੱਲ ਜਵਾਨੀ ਸੀ। ਫੁੱਲ ਜਵਾਨੀ ਸੀ। ਠੀਕ ਹੈ। ਤੇ ਇਹ ਕੀ ਮਸਲਾ ਬਣਿਆ ਫਿਰ ਤੁਸੀਂ ਇੰਨੀ ਉਮਰ ਹੋ ਗਈ ਤੇ ਇਸ ਉਮਰ ਦੇ ਵਿੱਚ ਤੁਸੀਂ ਇਕੱਲੇ ਰਹਿ ਰਹੇ ਆ, ਕੋਈ ਨਹੀਂ ਤੁਹਾਡਾ ਮਤਲਬ ਸਾਂਭਣ ਵਾਲਾ, ਉਹਦੀ ਕੀ ਵਜੂਹਾਤ ਆ? ਇਕੱਲੇ ਸੰਗ ਚੰਗੇ ਆ। ਅੱਛਾ ਕਿਉਂ? ਜੇ ਕੋਈ ਮਲੰਗ ਰੱਖਦੇ ਆ ਵੰਡ ਮਾਰਦਾ ਰਾਹ ਲੱਗਦਾ। ਰਾਹ ਪੈਣੇ ਬੂਹਾ ਖੁੱਲਾ, ਅੰਦਰ ਕੁੱਤਿਆਂ ਨੇ ਫਿਰਨਾ। ਬੀਵੀ ਬੱਚੇ ਤੁਹਾਡੇ? ਤਲਾਕ ਦੇ ਦਿੱਤੀ ਸੀਗੀ। ਅੱਛਾ ਉਹਨੇ ਵੀ ਦੇ ਦਿੱਤੀ ਸੀ ਪਹਿਲੇ ਜਮਾਨੇ ਚ ਰਾਣਾ ਗੁਲਾਮ ਅਹਿਮਦ ਨੇ, ਇਹਨਾਂ ਨੇ ਫਿਰ ਆਪਣਾ ਅਕਬਰ ਬਾਜਵਾ ਨੇ ਸਾਡੇ ਨਾਜ਼ਰੀਨ ਵਾਸਤੇ ਅਕਬਰ ਚੀਮਾ, ਤੁਸੀਂ ਪਹਿਲੀ ਬੀਬੀ ਨੂੰ ਕਿਉਂ ਤਲਾਕ ਦਿੱਤੀ ਇਹ ਦੱਸੋ ਸਾਨੂੰ। ਉਹ ਪਹਿਲੀ ਨੂੰ ਇਸ ਤੋਂ ਦਿੱਤੀ ਸੀ ਤਲਾਕ, ਉਹਨੇ ਪੇਕਿਆਂ ਦੇ ਗਏ ਤੇ ਬੱਚੇ ਨੂੰ ਜ਼ਹਿਰ ਦਵਾਤੀ। ਅੱਛਾ ਬੱਚਾ ਫੌਤ ਹੋ ਗਿਆ। ਬੱਚਾ ਫੌਤ ਹੋ ਗਿਆ, ਕੁੱਲ ਕਰਾ ਕੇ ਆ ਗਈ, ਚੱਕ ਮਸਹਿਰ ਲਈ ਕੁੱਟੀ। ਮੈਂ ਜਿਹੜੀ ਸ਼ਾਇਦ ਚੁੱਕਣੀ ਇੱਥੋਂ ਚੁੱਕ ਲਾ, ਮੁੜ ਕੇ ਇੱਧਰ ਪੈਰ ਨਾ ਪਾਵੀ। ਅੱਛਾ ਹਾਂ ਮੁੜ ਕੇ ਫਿਰ ਤਲਾਕ ਦੇ ਦਿੱਤੀ ਸੀ। ਮੈਂ ਕਿਹਾ ਤੂੰ ਅੱਜ ਆਦਮੀ ਬਣੀ ਤੇ ਕੱਲ ਨੂੰ ਪੇਕਿਆਂ ਦੇ ਆਖੇ ਡੱਕ ਕੇ ਮੈਨੂੰ ਵੀ ਦੇਗੀ। ਅੱਛਾ ਠੀਕ ਹੈ। ਹਾਂ ਉਹ ਫਿਰ ਅਸੀਂ ਭਾਈ ਤਲਾਕ ਦੇ ਦਿੱਤੀ ਉਹਨੂੰ। ਫਿਰ ਹੋਰ ਸ਼ਾਦੀ ਕੀਤੀ ਕਿ ਨਹੀਂ? ਇੱਥੇ ਕੀਤੀ ਸੀ। ਅੱਛਾ ਉਹ ਜੈਦਲ ਮੁਨਿਆ ਸੀ ਅਕਬਰ ਚੀਮਾ ਨੇ, ਇਹਦਾ ਪਿਓ ਲਿਆ ਸੀ ਕੈਂਬਲਪੁਰੋਂ ਜਨਾਨੀ। ਅੱਛਾ ਮੁੱਲ ਉਹ ਕੁਛੜ ਆਈ ਸੀਗੀ। ਅੱਛਾ ਤੇ ਜਦੋਂ ਉਹ ਇੱਥੇ ਨਿਕਾਹ ਨੁਕੂ ਕਰਦੀ ਰਹੀ ਆ, ਜਦੋਂ ਮੇਰੇ ਨਾਲ ਨਿਕਾਹ ਹੋਇਆ ਮੈਂ 101 ਚ ਸੀ। ਅੱਛਾ ਹਾਂ ਤੇ 100 ਫਿਰ ਇੱਥੋਂ ਅਸੀਂ ਤਲਾਕ ਦੇ ਦਿੱਤੀ, ਰਾਣੇ ਗੁਲਾਮ ਅਹਿਮਦ ਦੇ ਧੱਕੇ ਚੜ ਗਈ। ਫਿਰ ਤੁਸੀਂ 101 ਚੱਕ ਦੇ ਵਿੱਚ ਸੀ ਯਾਨੀ? ਇੱਥੇ ਹੀ ਰਹਿੰਦੇ ਸੀ। ਅੱਛਾ ਠੀਕ ਆ। ਤੇ ਉਹਨੇ ਫਿਰ ਬਰੂਨ ਕੱਢ ਦਿੱਤੀ। ਅੱਛਾ ਪਠਾਨ ਲੈ ਗਿਆ ਸੀ। ਹਾਂ ਤੇ ਤਿੰਨ ਚ ਹੁੰਦਾ ਜੀਜ ਲੁਹਾਰ। ਨਹੀਂ ਤੁਸੀਂ ਦੂਸਰੀ ਨੂੰ ਵਿਚਾਰੀ ਨੂੰ ਕਿਉਂ ਤਲਾਕ ਦਿੱਤੀ? ਉਹ ਕੋਈ ਮਹਿਮਾਨ ਆ ਜਾਣਾ ਕਹਿਣਾ ਕਰਮ ਵਾਲੀ ਆ, ਕੋਈ ਟੋਕ ਡੰਬਾ ਬਣਾ ਲਾ, ਕੋਈ ਅੱਛਾ ਚਾਹ ਚਪਾਈ ਬਣਾ ਲਾ। ਅੱਛਾ ਉਹਨੇ ਆਟਾ ਗੁੰਨਣਾ ਤੇ ਆਟੇ ਲਾਲਾਂ ਚ ਆਉਣ ਲੱਗ ਪੈਣਾ। ਅੱਛਾ ਦੂਸਰੀ ਬੇਗਮ? ਆਹੋ। ਅੱਛਾ ਫਿਰ ਮੁੜ ਕੇ ਆਪ ਮਹਿਮਾਨ ਜਿਹੜਾ ਹੋਣਾ ਉਹਨੇ ਹੱਥ ਬੰਨਣੇ, ਕਹਿਣਾ ਬਾਬਾ ਜੀ ਮੈਂ ਪਰਵਾ, ਅਸੀਂ ਆਪ ਉੱਠਣਾ ਆਟਾ ਗੁੰਨਣਾ, ਗੁੰਨ ਕੇ ਆ ਕੇ ਮਹਿਮਾਨ ਨੂੰ ਖਵਾਉਣੀ। ਅੱਛਾ ਕੁੱਲਣੀ ਤਾਂ ਹੁੰਦੀ ਸੁੱਖ ਵਾਸਤੇ, ਤੇ ਜੇ ਦੁੱਖ ਹੀ ਰਿਹਾ ਤੇ ਫਿਰ ਕੁੱਲਣੀ ਦਾ ਫਾਇਦਾ ਕੀ ਆ? ਤੇ ਉਹਦੇ ਨਾਲ ਇਦਾਂ ਹੀ ਚੰਗੇ ਆ। ਇਹ ਵਜੂਹਾਤ ਜ਼ਿੰਦਗੀ ਦੀਆਂ ਸੀ ਜਿਹਦੀ ਵਜ੍ਹਾ ਤੁਸੀਂ ਤਨਹਾ ਇਸ ਟਾਈਮ? ਹਾਂ ਠੀਕ ਹੈ। ਹੁਣ ਜ਼ਿੰਦਗੀ ਤੋਂ ਖੁਸ਼ ਆ? ਹੋ ਅੱਛਾ ਹਾਂ। 105 ਸਾਲ ਹੋ ਗਈ, ਪਤਾ ਨਹੀਂ ਹੁਣ ਕਿੰਨੇ ਸਾਲ ਰਹਿ ਗਈ ਹੈ ਜ਼ਿੰਦਗੀ। ਵਾਹ ਜੀ ਕੋਈ ਬਾਤ, ਨਜ਼ਰ ਠੀਕ ਆ? ਨਜ਼ਰ ਠੀਕ ਆ ਜੀ। ਐਨਕ ਨਹੀਂ ਲਾਈ ਕਦੇ? ਨਹੀਂ।
नाजरीन 105 साल की उम्र च एनक नहीं लगी बाबा जी नूं? नहीं फिर डॉक्टर कोल कदे गए? नहीं कोई नहीं गया। दवाई नहीं ली कदे? नहीं एक बार हो जाता फिर किवें ठीक हो? एक बार ही गया सी। अच्छा एक बार ही? ਉਹ ਵੀ ਗੁਆਂਢੀ ਇੱਥੇ ਰਾਣੇ ਹੁੰਦੇ ਸੀਗੇ ਤੇ ਉਹਦੇ ਢੇਲੀਆਂ ਤੇ ਜਾਣੀ ਮੈਨੂੰ ਕਹਿਣ ਲੱਗਾ ਬਾਬਾ ਤੂੰ ਚੁੱਕ ਕੇ ਦਾਣੇ ਲਿਆਉਣਾ ਤੇ ਖੋਸਾ ਲੈ ਜਾਈ। ਉਹ ਮੈਂ ਖੋਸਾ ਲੈ ਗਿਆ। ਸੂਫੀ ਹੁੰਦਾ ਸੀ ਇਹ ਜਿੱਥੇ ਹੁਣ ਆਏ ਬਾਹੁੰਦੇ ਪੈ ਸ਼ਫੀਕਾ ਰਕਬਾ ਮੁੱਢ, ਉੱਥੇ ਮੈਂ ਗਿਆ ਦਾਣੇ ਲੈਣ ਦਾ। ਮੈਂ ਦਾਣੇ ਗੱਟੂ ਬੰਨ ਲਿਆ, ਖੋਸੇ ਨੇ ਮੇਰੀ ਇੱਥੋਂ ਬਾਂਹ ਫੜ ਲਈ ਸੀ। ਆ ਗਿਆ ਇਹ ਵੀ ਨਿਸ਼ਾਨ ਹੋਣਾ ਇੱਥੇ। पाकिस्तान बनन तो पहले दे हालात भी तुसी देखे, जवानी सी हुण सानू दसदे आ साडे जिहड़े हुकूमतां दसदियां सानू ਜਦੋਂ ਪਾਕਿਸਤਾਨ ਬਣਿਆ ਹਾਲਾਤ ਬਹੁਤ ਖਰਾਬ ਸੀ, ਉਹ ਹਿੰਦੂ ਮਾਰਦੇ ਸੀ ਤੇ ਇਹ ਤਾਂ ਪਾਕਿਸਤਾਨ ਬਣਾਇਆ। ਤੁਸੀਂ ਤਾਂ ਹੁਣ ਦੇਖਿਆ ਕਿ ਵਾਕਈ ਹਾਲਾਤ ਖਰਾਬ ਸੀ, ਸਾਨੂੰ ਸਾਡੀ ਹਕੂਮਤਾਂ ਝੂਠ ਬੋਲਦੀਆਂ? ਨਹੀਂ ਨਹੀਂ ਵਾਕਈ ਹਾਲਾਤ ਖਰਾਬ ਸੀ। ਅੱਛਾ ਹਾਲਾਤ ਖਰਾਬ ਸੀ? ਖਰਾਬ ਸੀ। ਉਹ ਕੀ ਕੀ ਕਿਉਂ ਖਰਾਬ ਸੀ, ਕੀ ਵਜੂਹਾਤ ਸੀ? ਜਿਹੜੇ ਹਿੰਦੁਸਤਾਨ ਆਉਂਦੇ ਸੀ ਨਾ ਮੁਸਲਮਾਨ, ਤੇ ਸਿੱਖਾਂ ਨੇ ਤੇ ਖਤਰੀਆਂ ਨੇ ਟੋਬਿਆਂ 'ਚ ਖੂਹੀਆਂ 'ਚ ਜ਼ਹਿਰਾਂ ਸਿੱਟ ਦਿੱਤੀਆਂ ਸੀ ਵੀ ਪੀ ਕੇ ਮਰਨਗੇ। ਨਹੀਂ ਸੰਤਾਲੀ ਤੋਂ ਪਹਿਲੇ ਯਾਨੀ ਕਿ ਹਾਲਾਤ ਤਾਂ ਠੀਕ ਹੋਣੇ? ਉਦੋਂ ਠੀਕ ਸੀਗੇ। ਤੇ ਫੇਰ ਇਹਦਾ ਮਤਲਬ ਸਰ 47 ਚ ਪਾਕਿਸਤਾਨ ਕਿਉਂ ਬਣਾਇਆ ਗਿਆ, ਇਹਦੀ ਕੀ ਵਜੂਹਾਤ ਸੀ? ਇਹ ਪਾਕਿਸਤਾਨ ਬਣਾਇਆ ਬਾਬੇ ਕਾਇਦ ਆਜ਼ਮ ਨੇ। ਅੱਛਾ ਹਾਂ, ਅੱਜ ਦਿਨ ਵੀ ਉਹਦਾ ਹੀ ਮਨਾ ਰਿਹਾ ਹੈ। ਚਲੋ ਧਰ ਲੋ ਹੁਕਾ ਫਿਰ। ਨਹੀਂ ਹੋਰ ਨੀ, ਮੈਂ ਕਿਹਾ ਜਰਾ ਕੁ ਸਾਹਿਬ ਵਿਚੋਂ ਆਉਂਦਾ, ਮੈਂ ਆ ਹੀ ਲਵੇ। ਅੱਛਾ ਅੱਛਾ ਠੀਕ ਠੀਕ, ਚਲੋ ਅੱਲਾ ਖੈਰ। ਨਾਜ਼ਰੀਨ ਬਾਬਾ ਜੀ ਦੀ ਗੱਲਬਾਤ ਤੁਸੀਂ ਸੁਣੀ ਆ। 105 ਸਾਲ ਉਮਰ ਆ ਬਾਬਾ ਜੀ ਦੀ, ਔਰ 104 ਸਾਲ ਸੋਰੀ, ਔਰ ਦੱਸਦੇ ਆ ਵੀ ਮੈਨੂੰ ਜ਼ਿੰਦਗੀ 'ਚ ਇੱਕ ਵਾਰੀ ਡਾਕਟਰ ਕੋਲ ਗਿਆ ਬਸ, ਔਰ ਉਸ ਤੋਂ ਬਾਅਦ ਡਾਕਟਰ ਕੋਲ ਨਹੀਂ ਗਿਆ, ਬੁਖਾਰ ਵੀ ਨਹੀਂ ਹੋਇਆ ਕਦੇ, ਇਕੱਲੇ ਤਨਹਾ ਜ਼ਿੰਦਗੀ ਗੁਜ਼ਾਰ ਰਹੇ ਆ। ਸਟੋਰੀ ਤੁਸੀਂ ਸੁਣ ਲਈ ਹੈ ਅਤੇ ਹੁਣ ਆ ਹੁੱਕਾ ਧਰਨ ਲੱਗੇ ਆ, ਔਰ ਤੁਹਾਨੂੰ ਚੰਦ ਮਨਾਜ਼ਰ ਮਜ਼ੀਦ ਦਿਖਾਉਂਦੇ ਹਾਂ, ਔਰ ਉਸ ਤੋਂ ਬਾਅਦ ਫਿਰ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ। ਆਖਰੀ ਚੰਦ ਮਨਾਜ਼ਰ ਤੁਸੀਂ ਦੇਖ ਲਓ ਹੁੱਕਾ ਧਰਨ ਦੇ ਨਾਲ। ਹੋਰ ਸੁਣਾਓ, ਸਿਹਤ ਦਾ ਸੁਣਾਓ, ਸਿਹਤ ਕਿੱਦਾਂ ਰਹਿੰਦੀ ਹੁਣ? ਸਿਹਤ ਤਾਂ ਠੀਕ ਆ, ਪਰ ਗੋਡਿਆਂ ਦਾ ਰੌਲਾ। ਅੱਛਾ, ਗੋਡੇ ਨੀ ਕੰਮ ਕਰਦੇ? ਗੋਡੇ ਨੀ ਕੰਮ ਕਰਦੇ, ਨਾਲੇ ਉਮਰ ਦਾ ਲਿਹਾਜ਼ ਵੀ ਆ ਕਿਸੇ ਚਾ। ਬੜੀ ਗੱਲ ਹੈ, 104 ਸਾਲ ਦੀ ਉਮਰ 'ਚ ਇਕੱਲੇ ਇੱਥੇ ਗੁਜ਼ਾਰਾ ਕਰ ਰਹੇ ਹੈ? ਇਕੱਲੇ ਹੀ। ਤੇ ਰੋਟੀ ਟੋਕਾ ਆਉਣ ਦਿੰਦਾ? ਸਵੇਰ ਨੂੰ ਪਾਪੇ ਪੂਪੇ ਲਾ ਲਈਦੇ ਆ, ਸ਼ਾਮ ਨੂੰ ਅੱਬਲ ਸ਼ਾਹ ਘਿਓ ਆ ਜਾਂਦੀ ਹੈ। ਅੱਛਾ, ਮਾਸ਼ਾ ਅੱਲਾ, ਹੁੱਕਾ ਆਪ ਹੀ ਧਰਨਾ ਸਾਰਾ ਕੁਛ ਹੈ? ਹਾਂ। ਅੱਛਾ, ਸਿਗਰਟ ਸੁਗਰਟ ਨਾਲੋਂ ਹੁੱਕਾ ਠੀਕ ਹੈ? ਹਾਂ, ਸਿਗਰਟ ਨਾਲ ਘਰ ਨਹੀਂ ਪੂਰਾ ਹੁੰਦਾ, ਹੁੱਕਾ ਹੋਵੇ ਤਸੱਲੀ ਹੋ ਜਾਂਦੀ ਹੈ। ਅੱਛਾ ਠੀਕ ਹੈ ਠੀਕ ਹੈ। ਸਵੇਰ ਨੂੰ ਫਿਰ ਉੱਤੇ ਇਹਦੇ ਗੱਤਾ ਲਾ ਦੇਈਦਾ ਤੇ ਹੁੱਕਾ ਚੱਲਦਾ। ਅੱਛਾ ਹਾਂ, ਕਿਆ ਬਾਤ। ਤੇ ਗੋਡਿਆਂ ਦੀ ਕੋਈ ਦਵਾਈ ਸ਼ਵਾਈ ਦੇ ਕੋਈ? ਫਿਰ ਉਮਰ ਦਾ ਲਿਹਾਜ਼ ਆ 104 ਸਾਲ ਦੀ ਉਮਰ 'ਚ ਫਿਰ ਵੀ ਬੜੀ ਗੱਲ ਆ। ਮਾਸ਼ਾਅੱਲਾ, ਤੁਸੀਂ ਇੱਥੇ ਕੌਣ, ਇਕੱਲੇ ਰਹਿੰਦੇ? ਇਕੱਲੇ। ਅੱਛਾ, ਕੋਈ ਸੌ ਦੁੱਖ ਸੁੱਖ ਕੋਈ ਮਸਲਾ ਨਹੀਂ? ਕੋਈ ਨਹੀਂ। ਅੱਛਾ, ਸਰਦੀ ਵੀ ਦੋ ਚਾਰ ਦਿਨ ਹੋ ਗਏ, ਵਾਹਵਾ ਹੀ ਆ ਗਈ ਬਾਬਾ ਜੀ। ਸਾਡੇ ਇਲਾਕੇ ਤੇ ਬਰਫਬਾਰੀ ਚ ਹੁੰਦੀ। ਹਾਂ, ਮਾਰ ਮਦਾਨੀ ਇਲਾਕੇ ਨੂੰ।
हाँ नजरा दे बुखार हाँ हाँ सही गल नजरा दे बुखार ते थानू कोई नजरा बुखार को होवे ते फिर दवाई कदे को लेने अरे किसे तो दवाई कदी लई नहीं अच्छा दवाई लई नहीं कदे नहीं ओदे ठीक हो जने बड़ी गल है पुरानी खुराकां खादियां ही हैं देसी है देसी क्यों हो तो तुसी मैंने लगता 104 साल की उम्र हो गई है तो 60-70 साल तक तो देसी चलिया हुण बाबी सुबह ने फिर चाह वगैरह भी आप बनाने बाबा बना लेगा अच्छा 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 कावा सब तो बाबा ना उजर ना दावा असल सुबह सुबह चाह भी कुछ देज में ना फिर मजा आया ना सब हो गई तैयारी चलिए बस ठीक है मैं आ जाना चल चल ठीक चलो ठीक कर लो कर आटा उटा पिंड अच्छा कोल होने की जान अच्छी छड़वाती है चलो बहुत निकी वाला काम है बहुत बड़ा जड़ा जना ये तो ये साडी कबरा का ख्याल है बिल्कुल 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 बड़ी गल है।